ਪਿਛਲੇ ਦਿਨਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਹੋਈ, ਉਸ ਤੋਂ ਬਾਅਦ ਬੇਅਦਬੀ ਲੜੀਵਾਰ ਹੁੰਦੀਆਂ ਰਹੀਆਂ। ਤੁਹਾਨੂੰ ਦੱਸ ਦਈਏ ਕਿ ਧਾਰਮਿਕ ਸਥਾਨ ਭਾਵੇਂ ਗੁਰਦੁਆਰਾ ਹੋਵੇ, ਮੰਦਿਰ ਹੋਵੇ, ਮਸਜਿਦ ਹੋਵੇ, ਉਹ ਸਥਾਨ ਆ ਜਿੱਥੇ ਜਾ ਕੇ ਬੰਦੇ ਨੂੰ ਆਤਮਿਕ ਸ਼ਾਂਤੀ ਮਿਲਦੀ ਆ, ਉਹਨਾਂ ਨੂੰ ਆਤਮਿਕ ਗਿਆਨ ਮਿਲਦਾ, ਆਤਮਿਕ ਸ਼ਾਂਤੀ ਮਿਲਦੀ ਆ। ਲੇਕਿਨ ਅੱਜ ਫਿਰ ਇੱਕ ਦੁਰਗਿਆਣਾ ਮੰਦਿਰ ਦੇ ਨਜ਼ਦੀਕ ਬਹੁਤ ਹੀ ਭੈੜੀ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ। ਉੱਥੇ ਦੇ ਮੰਦਭਾਗੀ ਖਬਰ ਇਹ ਸਾਹਮਣੇ ਆ ਰਹੀ ਹੈ, ਦੁਰਗਿਆਣਾ ਮੰਦਿਰ ਦੇ ਨਜ਼ਦੀਕ ਭੈਰੋਨਾਥ ਮੰਦਿਰ ਹੈ, ਉੱਥੇ ਵੀ ਅੱਜ ਇੱਕ ਘਿਨਾਉਣੀ ਹਰਕਤ ਕੀਤੀ ਗਈ ਆ। ਉੱਥੇ ਘਿਨਾਉਣੀ ਹਰਕਤ ਕੀਤੀ ਗਈ ਹੈ, ਹਿੰਦੂ ਮੰਦਿਰ ਆ ਜਿੱਥੇ ਘਿਨਾਉਣੀ ਹਰਕਤ ਕੀਤੀ ਗਈ ਆ। ਲਗਾਤਾਰ ਇਲੈਕਸ਼ਨਾਂ ਦੇ ਨੇੜੇ ਧਾਰਮਿਕ ਸਥਾਨਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੁੰਦੇ ਆ ਰਹੇ ਹਨ। ਅੱਜ ਫਿਰ ਇੱਕ ਜਿਹੜੀ ਘਟਨਾ ਸਾਹਮਣੇ ਆਈ ਆ, ਦੁਰਗਿਆਣਾ ਮੰਦਿਰ ਦੇ ਨੇੜੇ ਆ ਭੈਰੋਨਾਥ ਮੰਦਿਰ, ਉੱਥੇ ਮੂਰਤੀ ਖੰਡਿਤ ਕੀਤੀ ਗਈ ਹੈ, ਉੱਥੇ ਰੋਪ ਲਗਾਏ ਗਏ ਨੇ, ਇੱਟਾਂ ਰੋੜੇ ਮਾਰੇ ਗਏ ਨੇ। ਸ਼ਰਾਬ ਪੀਂਦੇ ਸੀ ਲੋਕ, ਜਿਨ੍ਹਾਂ ਨੇ ਇੱਟਾਂ ਰੋੜੇ ਮਾਰੇ ਆ, ਮਹੰਤ ਸਾਹਮਣੇ ਆਇਆ ਜਿਹੜਾ ਡੇਰੇ ਵਿੱਚ ਰਹਿੰਦਾ ਹੈ, ਉਹਨਾਂ ਵੱਲੋਂ ਆਖਿਆ ਗਿਆ ਕਿ 5-7 ਬੰਦਿਆਂ ਵੱਲੋਂ ਰਾੜਾ ਮਾਰੀਆਂ ਗਈਆਂ। ਰਾਤ ਦੇ ਵੇਲੇ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹਨਾਂ 'ਤੇ ਹਮਲਾ ਕੀਤਾ ਗਿਆ। ਉੱਥੇ ਇੱਕ ਤੁਹਾਨੂੰ ਦੱਸ ਦਈਏ ਕਿ ਇੱਕ ਸਾਧਵੀ ਵੀ ਰਹਿੰਦੀ ਹੈ, ਦੋਨਾਂ ਦੇ ਉੱਪਰ ਹਮਲਾ ਹੋਇਆ। ਸਾਧਵੀ ਦੇ ਵੀ ਬਿਆਨ ਦਿੱਤੇ ਆਪਣੇ, ਉਹਨਾਂ ਨੇ ਵੀ ਆਖਿਆ ਕਿ ਸਾਨੂੰ 5-7 ਜਿਹੜੇ ਸ਼ਰਾਬੀ ਆਦਮੀ ਸਾਨੂੰ ਆ ਕੇ ਇੱਥੇ ਨਸ਼ਾ ਕਰਨ ਲੱਗ ਗਏ, ਦਾਰੂ ਪਾਣੀ ਪੀਣ ਲੱਗ ਗਏ, ਮੀਟ ਖਾਣ ਲੱਗ ਗਏ। ਉਸ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਲਈ ਉਹਨਾਂ ਨੂੰ ਆਖਣ ਲੱਗੇ ਕਿ ਤੁਸੀਂ ਇੱਥੇ ਨਸ਼ਾ ਕਿਉਂ ਕਰ ਰਹੇ ਹੋ, ਉਹਨਾਂ ਵੱਲੋਂ ਉਹਨਾਂ ਨਾਲ ਜਿਹੜੀ ਬਦਤਮੀਜੀ ਕੀਤੀ ਗਈ, ਬਦਤਮੀਜੀ ਇੱਥੋਂ ਤੱਕ ਹੀ ਉਹ ਨਹੀਂ ਰਹੀ, ਉਹਨਾਂ ਵੱਲੋਂ ਬਦਤਮੀਜੀ ਦੇ ਨਾਲ ਨਾਲ ਉਹਨਾਂ ਦੇ ਉੱਪਰ ਹੱਥ ਤਾਂ ਚੱਕਿਆ ਗਿਆ ਸੀ। ਜਿਹੜੀਆਂ ਉੱਥੇ ਭਗਵਾਨ ਦੀਆਂ ਮੂਰਤੀਆਂ ਸਨ, ਜਿਨ੍ਹਾਂ ਨੂੰ ਪੂਜਦੇ ਆ, ਹਿੰਦੂ ਧਰਮ ਵਿੱਚ ਵੀ ਉਹਨਾਂ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ, ਬੜੀ ਮਹੱਤਤਾ। ਜਿਵੇਂ ਗੁਰਦੁਆਰਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਕਰਦੇ ਹਾਂ, ਇੱਜ਼ਤ ਮਾਣ ਕਰਦੇ ਹਾਂ, ਉਸੇ ਤਰ੍ਹਾਂ ਹਿੰਦੂ ਧਰਮਾਂ ਵਿੱਚ ਜਿਹੜੇ ਉੱਥੇ ਮੂਰਤੀਆਂ ਹੁੰਦੀਆਂ, ਉਹਨਾਂ ਨੂੰ ਵੀ ਭਗਵਾਨ ਸਮਝ ਕੇ ਜਾਂ ਭਗਵਾਨ ਦੀ ਤਰ੍ਹਾਂ ਪੂਜਿਆ ਜਾਂਦਾ ਹੈ, ਉਹਨਾਂ ਨੂੰ ਅਪਮਾਨਿਤ ਕੀਤਾ ਗਿਆ। ਇੱਕ ਮੂਰਤੀ ਖੰਡਿਤ ਵੀ ਕੀਤੀ ਗਈ ਆ, ਵੱਡੇ ਰੋਪ ਲਗਾਏ ਆ। ਜਿਹੜਾ ਉੱਥੇ ਡੇਰੇ ਦਾ ਮਹੰਤ ਆ, ਉਹਦੇ ਨਾਲ ਨਾਲ ਇੱਕ ਸਾਧਵੀ ਸੀ, ਉਹਨਾਂ ਨੇ ਦੱਸਿਆ ਕਿ ਕੁਝ ਲੋਕ ਆ ਜਿਹੜੇ ਅੱਗੇ ਵੀ ਆ ਜਾਂਦੇ ਆ ਇੱਥੇ, ਪਰ ਅੱਗੇ ਚਲੇ ਜਾਂਦੇ ਆ, ਲੇਕਿਨ ਇਸ ਵਾਰ ਉਹਨਾਂ ਨੇ ਨਸ਼ਾ ਕੀਤਾ ਹੋਇਆ ਸੀ, ਦਾਰੂ ਪੀਤੀ ਹੋਈ ਸੀ, ਉਹਨਾਂ ਨੇ ਆ ਕੇ ਜਿਹੜਾ ਮੰਦਿਰ ਆ ਉੱਥੇ ਹੀ ਦਾਰੂ ਪੀਤੀ, ਅਤੇ ਉਦੋਂ ਬਾਅਦ ਜਿਹੜਾ ਸੀਗਾ ਉਹਨਾਂ ਨੇ ਮੂਰਤੀ ਖੰਡਿਤ ਕੀਤੀ, ਅਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਦੇ ਨਾਲ ਜਿਹੜਾ ਮੰਦਿਰ ਦੇ ਵਿੱਚ ਜਿਹੜਾ ਮਹੰਤ ਸੀਗਾ ਅਤੇ ਉਹਦੇ ਨਾਲ ਇੱਕ ਸਾਧਵੀ ਸੀ, ਉਹਨਾਂ ਨਾਲ ਵੀ ਬਦਤਮੀਜੀ ਕੀਤੀ, ਉਹਨਾਂ ਦੇ ਵੀ ਸੱਟਾਂ ਮਾਰੀਆਂ ਗਈਆਂ। ਉਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਆ, ਉਹਨਾਂ ਵੱਲੋਂ ਤਫਤੀਸ਼ ਜਾਰੀ ਆ, ਲੇਕਿਨ ਹਜੇ ਤੱਕ ਜਿਹੜੇ ਮੁਲਜ਼ਮ ਆ ਉਹ ਹੱਥ ਨਹੀਂ ਆਏ। ਦੁਰਗਿਆਣਾ ਨੇ ਮੰਦਿਰ ਦੇ ਨਜ਼ਦੀਕ ਦੀ ਇਹ ਘਟਨਾ, ਅੰਮ੍ਰਿਤਸਰ ਸਾਹਿਬ ਦੀ ਘਟਨਾ, ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹਿਲਾਂ ਵੀ ਜਿਹੀ ਘਟਨਾ ਹੋਈ ਸੀ, ਦਰਬਾਰ ਸਾਹਿਬ ਵਿੱਚ ਮੰਦਭਾਗੀ ਘਟਨਾ।